ਜਿਹੜੀ ਪੈਨਸ਼ਨ ਹੈਗੀ ਆ ਹੁਣ ਇੱਕ ਪੈਨਸ਼ਨ ਹੀ ਮਿਲੂਗੀ ਇੱਕ ਵਿਧਾਇਕ ਨੂੰ, ਜਿਵੇਂ ਕੋਈ 5 ਵਾਰ ਬਣਿਆ ਜਾਂ 6 ਵਾਰ ਬਣਿਆ ਤਾਂ ਇੱਕ ਪੈਨਸ਼ਨ ਹੀ ਮਿਲੇਗੀ, ਤੁਹਾਡਾ ਕੀ ਟੇਕ ਹੈਗਾ ਇਸ ਨੂੰ ਲੈ ਕੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਪਹਿਲਾਂ ਵੀ ਇੱਕ ਪੈਨਸ਼ਨ ਹੀ ਮਿਲਦੀ ਹੈ, ਸਿਰਫ ਅੱਗੇ ਇਨਕਰੀਮੈਂਟ ਹੁੰਦੇ ਨੇ, ਇਨਕਰੀਮੈਂਟ ਮਿਲਦੇ ਨੇ। ਕਦੇ ਵੀ ਜੇ ਕੋਈ 5 ਵਾਰੀ MLA ਬਣਿਆ ਤਾਂ ਉਹਨੂੰ 5 ਪੈਨਸ਼ਨਾਂ ਨਹੀਂ ਮਿਲਦੀਆਂ, ਸਿਰਫ ਇਨਕਰੀਮੈਂਟ ਮਿਲਦੇ ਆ। ਇਹਨਾਂ ਨੇ, ਭਗਵੰਤ ਮਾਨ ਨੇ, ਸਿਰਫ ਜਿਹੜਾ ਇਨਕਰੀਮੈਂਟ ਸੀ, ਇਨਕਰੀਜ਼ ਸੀ ਕੁਛ ਪਰਸੈਂਟੇਜ, ਸਿਰਫ ਉਹ ਬੰਦ ਕੀਤੀ ਹੈ। ਪਹਿਲੀ ਗੱਲ ਤਾਂ ਇਹ ਆਮ ਆਦਮੀ ਪਾਰਟੀ ਦੇ ਲੀਡਰ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਦੇ ਨੇ। ਦੂਸਰੀ ਗੱਲ, ਸ਼੍ਰੀ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਦੇ ਮੁੱਖ ਮੰਤਰੀ ਬਣੇ ਸੀ, ਸਾਡੇ ਕੋਲ ਡਾਟਾ ਅਵੇਲੇਬਲ ਹੈ, ਆਮ ਆਦਮੀ ਪਾਰਟੀ ਦੀ ਸੈਲਰੀ 54,000 ਰੁਪਏ ਸੀ ਉਸ ਟਾਈਮ ਟੋਟਲ ਅਮਾਲੂਮੈਂਟਸ, ਅਤੇ ਹੁਣ 90,000 ਹੈ। ਪੰਜਾਬ ਦੇ ਨਾਲੋਂ ਹਾਲੇ ਵੀ 10,500 ਰੁਪਇਆ ਦਿੱਲੀ ਦੇ MLA ਦੀ ਸੈਲਰੀ ਵਧਾ। ਲੇਕਿਨ ਦਸੰਬਰ 2015 ਦੇ ਵਿੱਚ ਅਸੈਂਬਲੀ ਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ 2,10,000 ਰੁਪਇਆ ਆਮ ਆਦਮੀ ਪਾਰਟੀ ਦੇ MLA ਦੀ ਜਿਹੜੀ ਸੈਲਰੀ ਆ ਹੋਣੀ ਚਾਹੀਦੀ ਆ। ਮੈਂ ਬਿਲਕੁਲ ਇਹ ਕਹਿਣਾ, ਜੋ ਕੇਜਰੀਵਾਲ ਨੇ ਦਸੰਬਰ 2015 'ਚ ਫੈਸਲਾ ਕੀਤਾ ਸੀ MLA ਦੀਆਂ ਤਨਖਾਹਾਂ ਵਧਾਉਣ ਦਾ, 2,10,000 ਰੁਪਇਆ ਉਹ ਹੋਣਾ ਚਾਹੀਦਾ। ਬੇਸ਼ੱਕ ਇਹ ਆਮ ਆਦਮੀ ਪਾਰਟੀ ਦੇ ਸਿਰਫ ਜਿਹੜੇ ਉਹ ਉੱਪਰ ਵਾਲੇ ਕਹਿ ਲਓ, ਲੋਕਾਂ ਨੂੰ ਸ਼ਾਇਦ ਇਹ ਗੱਲ ਨਾ ਜਚੇ, ਲੇਕਿਨ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ MLA 24 ਘੰਟੇ ਤੁਹਾਡੇ ਕੋਲ ਅਵੇਲੇਬਲ ਹੈ, ਉਹਦੇ ਦਫ਼ਤਰ ਦਾ ਖਰਚਾ ਹੀ ਇੰਨਾ ਜ਼ਿਆਦਾ ਹੋ ਜਾਂਦਾ, 54,000 ਨਾਲ, 60,000 ਨਾਲ, 80,000 ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਉਹਨੇ ਆਪਣੇ ਬੱਚੇ ਵੀ ਪਾਲਣੇ ਨੇ। ਜੇ ਤੁਸੀਂ ਇਕੱਲੀ ਕਹਿ ਦਿਓ ਵੀ ਸੇਵਾ ਹੀ ਹੈ, ਫਿਰ ਤਾਂ ਸਾਰੇ ਹਿੰਦੁਸਤਾਨ 'ਚ ਬੰਦ ਕਰ ਦਿਓ, ਫਿਰ ਸਾਰੇ ਬਰਾਬਰ ਕਰ ਦਿਓ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, UP ਦੇ ਵਿੱਚ ਇੱਕ MLA ਦੀ ਜਿਹੜੀ ਤਨਖਾਹ ਆ ਟੋਟਲ ਅਮਾਲੂਮੈਂਟ 1,98,000 ਆ, ਤਕਰੀਬਨ 2 ਲੱਖ। ਹਿਮਾਚਲ ਪ੍ਰਦੇਸ਼ ਦੇ ਵਿੱਚ 1,90,000 ਹੈ। ਰਾਜਸਥਾਨ ਦੇ ਵਿੱਚ 1,42,000 ਹੈ। ਤੇਲੰਗਾਨਾ ਦੇ ਵਿੱਚ 2,50,000 ਰੁਪਈਆ। ਇਹ ਕਿਹਾ ਜਾਂਦਾ ਹੈ ਕਿ ਜਿਹੜਾ MLA ਦਾ ਸਟੇਟਸ ਹੈ ਉਹ ਹੈਗਾ ਆ ਚੀਫ ਸੈਕਟਰੀ ਦੇ ਸਟੇਟ ਦੇ ਬਰਾਬਰ। ਮੈਂ ਕਹਿੰਦਾ ਨਾ ਤੁਸੀਂ ਉਸ ਤੋਂ ਵੱਧ ਦਿਓ, ਕਮ ਸੇ ਕਮ MLA ਨੂੰ ਜਿਹੜਾ ਚੀਫ ਸੈਕਟਰੀ ਦਾ ਜਿਹੜਾ ਸਟੇਟਸ ਹੈ ਉਹ ਜ਼ਰੂਰ ਦੇਣਾ ਚਾਹੀਦਾ ਹੈ, ਉਹਦੇ ਨਾਲ ਉਹਨੂੰ 19 ਸੈਲਰੀ ਦੇਣੀ ਚਾਹੀਦੀ ਹੈ। ਇਹ ਕਿਉਂ ਮੈਂ ਕਹਿੰਦਾ, ਸਾਰਾ ਦਿਨ MLA ਨੇ ਕੰਮ ਕਰਨਾ, ਉਹਨਾਂ ਦੇ ਪਰਿਵਾਰ ਵੀ ਨਾਲ ਕੰਮ ਕਰਦੇ ਨੇ। ਜੇ ਕਿਸੇ MLA ਕੋਲ ਚਾਹ ਪਿਲਾਉਣ ਨੂੰ ਪੈਸੇ ਨਹੀਂ ਹੋਣਗੇ ਤਾਂ ਕਰਪਸ਼ਨ ਕਰੇਗਾ। ਇਹੀ ਕੇਜਰੀਵਾਲ ਨੇ ਕੀਤਾ ਸੀ ਆ ਕੇ, ਜੇ ਉਹਨਾਂ ਦਾ MLA ਦੇ ਕੋਲ ਪ੍ਰੋਪਰ ਪੈਸੇ ਨਹੀਂ ਹੈ, ਰੋਟੀ ਚਲਾਉਣ ਨੂੰ ਪੈਸੇ ਨਹੀਂ ਆ, ਤਾਂ ਕਰਪਸ਼ਨ ਕਰਨਗੇ। ਇਹਦੇ ਵਿੱਚ ਕੋਈ ਬੁਰਾਈ ਨਹੀਂ ਕਿ MLA ਦੀ ਤਨਖਾਹ ਵੱਧ ਚਾਹੀਦੀ ਹੈ, ਇਹਦੇ 'ਚ ਕੋਈ ਬੁਰਾਈ ਨਹੀਂ ਕਿ ਉਹਨੂੰ ਪੈਨਸ਼ਨ ਵੀ ਚਾਹੀਦੀ ਹੈ। ਹਾਂ, ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ, ਇਹ ਗਲਤ ਆਮ ਆਦਮੀ ਪਾਰਟੀ ਨੇ ਪ੍ਰਚਾਰ ਕੀਤਾ ਕਿ ਜੀ ਜੇ 5 ਵਾਰੀ MLA ਬਣ ਗਿਆ ਤਾਂ 5 ਪੈਨਸ਼ਨਾਂ ਲੈਂਦਾ, ਇਹ ਗਲਤ ਹੈ। ਸਿਰਫ ਇਨਕਰੀਮੈਂਟ ਮਿਲਦੀ ਹੈ, ਇਸ ਕਰਕੇ ਇਹ ਜਿਹੜਾ ਫੈਸਲਾ ਭਗਵੰਤ ਮਾਨ ਨੇ ਕੀਤਾ ਇਨਕਰੀਮੈਂਟ ਬੰਦ ਕਰਨ ਦਾ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਹਾਂ, ਪਰਸੈਂਟੇਜ ਘਟਾਈ ਵਧਾਈ ਜਾ ਸਕਦੀ ਹੈ। ਜਿਸ ਤਰ੍ਹਾਂ ਮੈਂ DC ਵੀ ਰਿਹਾ, ਮੈਂ ਰਿਟਾਇਰ ਹੋਇਆ ਐਜ਼ ਐਨ IAS ਅਫਸਰ, ਮੇਰੇ ਜਿਹੜੇ ਭੱਤੇ ਨੇ ਉਹਨਾਂ ਦੇ ਵਿੱਚ ਵੀ ਸਰਕਾਰਾਂ ਦੁਆਰਾ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਮਹਿੰਗਾਈ ਕਰਕੇ ਇਨਫਲੇਸ਼ਨ ਕਰਕੇ ਉਹਦੇ 'ਚ ਵੀ ਵਾਧਾ ਹੁੰਦਾ। ਅਤੇ ਜੇ MLA ਨੂੰ ਇੱਕ ਪੈਨਸ਼ਨ ਮਿਲਦੀ ਹੈ, ਜੇ ਉਹਨੂੰ ਕੋਈ ਪਰਸੈਂਟੇਜ ਮਹਿੰਗਾਈ ਦੇ ਮੁਤਾਬਕ ਵੱਧਦੀ ਹੈ, ਤਾਂ ਇਹਦੇ 'ਚ ਕੋਈ ਨੁਕਸਾਨ ਨਹੀਂ ਹੈ, ਕੋਈ ਗਲਤ ਗੱਲ ਨਹੀਂ ਹੈ। ਲੋਕਾਂ ਨੂੰ ਭਗਵੰਤ ਮਾਨ ਦੇ ਇਸ ਫੈਸਲੇ ਦਾ ਵਿਰੋਧ ਕਰਨਾ ਚਾਹੀਦਾ। ਸਰ, ਲੱਗਦਾ ਨਹੀਂ ਹੈ ਕਿ ਇਹਦੇ ਨਾਲ ਭਗਵੰਤ ਮਾਨ ਤਾਂ ਕਹਿ ਰਹੇ ਨੇ ਕਿ ਲੋਕਾਂ ਦਾ ਫਾਇਦਾ ਹੋਊਗਾ, ਕਿਉਂਕਿ ਲਗਭਗ 80 ਕਰੋੜ ਜਿਹੜਾ ਹੈਗਾ ਵਾ ਉਹ ਬੱਚਤ ਹੋਊਗੀ 80 ਕਰੋੜ ਦੀ। ਸਰ, ਲੇਕਿਨ ਕਰਪਸ਼ਨ ਕਿੰਨੀ ਵਧੇਗੀ? 19 MLA ਕਰਪਸ਼ਨ ਕਰਨਗੇ, ਕਿੱਥੋਂ ਚਲਾਉਣਗੇ ਆਪਣੇ ਘਰ MLA? ਜਿਹੜਾ ਇੱਕ MLA ਆਮ ਆਦਮੀ ਪਾਰਟੀ ਦਾ ਬਣਿਆ ਜਾਂ ਦੂਜੀਆਂ ਪਾਰਟੀਆਂ ਦਾ MLA ਹੈ, ਜਿਹਦੇ ਕੋਲ ਕੋਈ ਬਿਜ਼ਨਸ ਨਹੀਂ ਹੈ, ਕੋਈ ਰਿਸੋਰਸਿਜ਼ ਨਹੀਂ ਹੈ, ਉਹ ਆਪਣਾ ਘਰ ਬਾਰ ਕਿੱਦਾਂ ਚਲਾਊਗਾ? ਉਹ ਕਿੱਦਾਂ ਮੁਫਤ ਵਿੱਚ ਸੇਵਾ ਕਰੂਗਾ? ਮੈਂ ਇਸ ਚੀਜ਼ ਦੇ ਬਿਲਕੁਲ ਹੱਕ ਵਿੱਚ ਨਹੀਂ ਹਾਂ। ਹਾਂ, ਜਿਹੜਾ ਇਨਕਰੀਮੈਂਟ ਹੈ ਪੈਨਸ਼ਨ ਤੋਂ ਬਾਅਦ ਉਹ ਘਟਾਇਆ ਜਾ ਸਕਦਾ ਆ, ਉਹਦੀ ਪਰਸੈਂਟੇਜ ਘਟਾਈ ਜਾ ਸਕਦੀ ਹੈ ਅਕੋਰਡਿੰਗ ਟੂ, ਮੈਂ ਵਾਰ-ਵਾਰ ਕਹਿੰਦਾ, ਅਕੋਰਡਿੰਗ ਟੂ ਮਹਿੰਗਾਈ। ਜਿਵੇਂ ਮਹਿੰਗਾਈ ਭੱਤਾ ਮੁਲਾਜ਼ਮਾਂ ਨੂੰ ਮਿਲਦਾ, ਉਸ ਦੇ ਹਿਸਾਬ ਨਾਲ MLAਆਂ ਦਾ ਵੀ ਜਿਹੜਾ ਇਨਕਰੀਜ਼ ਹੈ ਮਹਿੰਗਾਈ ਕਰਕੇ ਉਹ ਹੋਣੀ ਚਾਹੀਦੀ। ਸਰ, ਇਹਦਾ ਮਤਲਬ ਕਿ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਡਰਾਮੇਬਾਜ਼ੀ ਹੈ, ਕੰਮ ਤਾਂ ਕਰਨ ਵਾਲਾ ਇਹ ਹੈ,
ਇਹ ਕਹਿੰਦੇ ਸੀ ਅਸੀਂ 15,000 ਕਰੋੜ ਰੁਪਇਆ ਐਕਸਾਈਜ਼ ਤੋਂ ਰੈਵਨਿਊ, ਕੰਮ ਤਾਂ ਉਹ ਕਰਨ, ਠੀਕ ਹੈ ਨਾ। ਰੇਤੇ ਬਜਰੀ ਤੋਂ ਕਹਿੰਦੇ ਸੀ ਅਸੀਂ 30,000 ਕਰੋੜ ਰੁਪਇਆ ਵਾ ਲਿਆਵਾਂਗੇ, ਕੰਮ ਤਾਂ ਇਹ ਕਰੇ ਨਾ ਜੀ। ਇਹ ਤਾਂ ਐਵੇਂ ਹੁਣ ਸ਼ੋਸ਼ੇਬਾਜ਼ੀਆਂ ਡਰਾਮੇਬਾਜ਼ੀਆਂ 'ਚ ਲੱਗ ਗਿਆ ਜੀ, ਉਹ ਭੱਤਾ ਕਟਾਤਾ ਜੀ, ਇਹ ਫੋਕੀ ਵਾਹਵਾ ਸ਼ਾਵਾ ਆ, ਇਹਦੇ ਵਿੱਚ ਕੁਛ ਨਹੀਂ ਰੱਖਿਆ। ਇਹ ਪੰਜਾਬ ਦੇ ਲੋਕ, ਆਮ ਆਦਮੀ ਪਾਰਟੀਆਂ ਨੇ ਪਹਿਲਾਂ ਵੀ ਗਰੰਟੀਆਂ ਦੇ ਦੇ ਕੇ ਸਾਨੂੰ ਵਰਗਲਾ ਲਿਆ, ਇਹਨਾਂ ਦੇ ਬਹਿਕਲਾਵੇ 'ਚ ਨਾ ਆਓ। ਇਹ ਜਿਹੜਾ ਇਨਕਰੀਮੈਂਟ ਘਟਾਇਆ, ਖਤਮ ਕੀਤਾ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਫਰਕ ਤਾਂ ਇਹ ਪੈਣਾ ਕਿ ਆਪਣੀਆਂ ਗੱਡੀਆਂ ਨਾ ਚਲਾਉਣ, ਇਹ ਜੇ ਇਹ ਗੱਲਾਂ ਹੀ ਕਰਨੀਆਂ ਚਾਹੁੰਦੇ ਹਾਂ ਤਾਂ ਫਿਰ ਇਹ ਨਾ ਕਰਨ। ਜੇ ਕਿਤੋਂ ਰੈਵਨਿਊ ਜਨਰੇਟ ਹੁੰਦਾ ਹੈ ਉਹ ਕਰਨ, ਐਕਸਾਈਜ਼ 'ਚੋਂ ਰੈਵਨਿਊ ਜਨਰੇਟ ਕਰਨ, ਰੇਤੇ ਬਜਰੀ ਤੋਂ ਰੈਵਨਿਊ ਜਨਰੇਟ ਕਰਨ, ਰੂਰਲ ਡਿਵੈਲਪਮੈਂਟ ਫੰਡ ਹੈ, ਵੈਟ ਹੈ, ਐਕਸਾਈਜ਼, ਇਹ ਸਾਰਾ ਕੁਛ ਕਰਨ। ਆਹ ਜਿਹੜੀਆਂ ਭਗਵੰਤ ਮਾਨ ਨੌਟੰਕੀ ਕਰਨ ਲੱਗਿਆ ਹੋਇਆ, ਇਹ ਨੌਟੰਕੀ ਪੰਜਾਬ ਦੇ ਲੋਕਾਂ ਨੂੰ ਰਿਜੈਕਟ ਕਰਨੀ ਚਾਹੀਦੀ ਹੈ।